ਤੂੰ ਕਿਹੜਾ ਗਹਿਰਾ ਤੋਂ ਪੰਜ ਚੋਰਾਂ ਦਾ ਉਦੀ ਹੋ ਗਿਆ ਜਿੱਦਾਂ ਮਾਂ ਦੇ ਪੇਟ ਚੋਂ ਜਨਮ ਲੈ ਲਿਆ, ਪਰਮਾਨੈਂਟ ਪੱਕੇ ਹੋ ਗਏ, ਕਾਮ ਕ੍ਰੋਧ ਮੋਹ ਓਂਕਾਰ ਪੱਕੇ ਗ੍ਰਹਿ ਹੋ ਗਏ ਪੰਜ, ਨਾ ਹੱਲਣ ਨਾ ਚੱਲਣ ਨਾ ਭੱਜਣ ਨਾ ਨੱਸਣ। ਔਰ ਤੂੰ ਕਿਹੜਾ ਗ੍ਰਹਿ ਲਾਏਗਾ? ਤੂੰ ਇਹ ਕਹਦੇ ਭਾਈ ਮੈਂ ਤਾਂ ਖਾਣਾ ਪੀਣਾ ਮੈਨੂੰ ਦੇ ਦਿਓ 10 ਰੁਪਏ, ਕਿਉਂ ਜੀਵ ਨੂੰ ਗਲਤ ਰਸਤੇ ਪਾਉਣਾ? ਜੇ ਸਾਰਾ ਬੁਰਮਾਣੇ ਔਰ ਭਟਕਾਣੇ ਵਾਲੇ ਮਿਲਤੇ, ਜਿਸੇ ਸਵਾਮੀ ਜੀ ਨੇ ਕਿਹਾ ਯੇ ਸਭ ਰਸਤੇ ਮੈਂ ਭਟਕਾਣੇ ਵਾਲੇ ਮਿਲਤੇ ਹੈ, ਕੋਈ ਰਸਤਾ ਬਤਾਣੇ ਵਾਲਾ ਤਾਂ ਮਿਲਤਾ ਹੀ ਨਹੀਂ ਵੀ ਐਸਾ ਰਸਤਾ ਕਰ ਭਾਈ ਇਸੇ ਤੂੰ ਛੁੱਟੇਗਾ। ਕੋ ਬਤਾਤੇ ਹੈ ਇਨਕਾ ਕਿਆ ਕਾਮ ਹੈ? ਜੇ ਬਾਹਰ ਮੁਖੀ ਜੋ ਲੋਕ ਹੈ, ਕੋਈ ਇੱਕ ਜ਼ਿਮੀਂਦਾਰ ਦਾ ਲੜਕਾ ਸੀ, ਇੱਕ ਮੁਸਲਮਾਨ ਦਾ ਕਾਜੀ ਦਾ ਲੜਕਾ ਸੀ, ਉਹ ਦੋਨੋਂ ਸੇ ਗੁਨਾਹ ਹੋ ਗਿਆ। ਅਬ ਉਹ ਜ਼ਿਮੀਂਦਾਰ ਬੋਲੇ ਮੀਆਂ ਜੀ ਲੜਕੇ ਸੇ ਗੁਨਾਹ ਹੋ ਗਿਆ, ਕੈਸੇ ਮਾਫ ਹੋਗਾ? ਬੋਲੇ ਵੀ ਹਲ ਖੜਾ ਕਰਕੇ ਔਰ ਨੀਚੇ ਸੇ ਰੋਟੀਆਂ ਲਿਜਾ ਕੇ ਉਸਕੇ ਉੱਪਰ ਤੱਕ ਲਗਾ ਦਿਓ ਤੇ ਗੁਨਾਹ ਮਾਫ ਹੋ ਜਾਏਗਾ। ਅਬ ਉਸਕੇ ਬੁੱਧੀ ਆਈ, ਜ਼ਿਮੀਂਦਾਰ ਨੂੰ ਪਤਾ ਆਪਾਂ ਨੂੰ ਬਾਅਦ ਚ ਬੁੱਧੀ ਆਉਂਦੀ ਹੈ, ਪਹਿਲੇ ਤਾਂ ਆਉਂਦੀ ਨਹੀਂ, ਪਹਿਲੇ ਹਫ਼ਤੇ ਦਾ ਕੰਮ ਹੀ ਨਾ ਬਣ ਜੇ। ਤੋ ਬਾਅਦ ਸੋਚਿਆ ਵੀ ਨਾਲ ਤੋਂ ਮੀਆਂ ਦਾ ਲੜਕਾ ਵੀ ਹੈ। ਬੋਲਿਆ ਮੀਆਂ ਜੀ ਤੁਹਾਡਾ ਲੜਕਾ ਹੈ? ਬੋਲੇ ਫਿਰ ਲੰਬੀ ਪਾ ਕੇ ਇੱਕ ਰੋਟੀ ਰੱਖ ਦਿਓ। ਅਬ ਉਹ ਤਾਂ ਪਤਾ ਨਹੀਂ ਕੁਇੰਟਲ ਕੇ 2 ਕੁਇੰਟਲ ਆਟਾ ਲੱਗਦਾ, ਉਸਮੇ ਤਾਂ 5-4 ਕਿਲੋ ਨਾਲ ਹੀ ਸਰ ਗਿਆ, 5-4 ਲੱਗਿਆ ਵੀ ਨਹੀਂ ਹੋਣਾ। ਜੇ ਹਾਲ ਹੈ, ਆਪ ਕਰਮ ਕਰੀ ਜਾਂਦੇ ਨੇ, ਜੀਵਾਂ ਨੂੰ ਬਰਮਾਈ ਜਾਂਦੇ ਨੇ। ਸਾਡੇ ਨਾਲ ਇੱਕ ਬੰਬੇ ਜਾਂਦੇ ਪਏ ਸੀ, ਇੱਕ ਤੰਤਰਿਕ ਵਿੱਦਿਆ ਵਾਲਾ ਪੰਡਿਤ ਰਲ ਗਿਆ। ਆਦਾ ਜੀ ਮੈਂ ਉੱਥੇ ਰਹਿੰਦਾ, ਕੀ ਉਹ ਜਗ੍ਹਾ ਬੰਬੇ ਦੇ ਕੋਲ ਹੈਗੀ, ਉਹ ਕਈ ਵਾਰੀ ਉਹ ਟੈਲੀਵਿਜ਼ਨ 'ਚ ਵੀ ਦਿਖਾਉਂਦੇ ਵੀ ਉਹ ਫਕੀਰ ਸਾਈਂ ਪਤਾ ਨਹੀਂ ਕੀ ਨਾਂ ਸੀ ਉਹਦਾ, ਹੈ ਸਿਰਡੀ, ਹਾਂ ਮੈਂ ਸਿਰਡੀ ਰਹਿਤਾ। ਮੈਂ ਕਿਹਾ ਤੇਰੇ ਕਹਿ ਬੱਚੇ ਨੇ? ਆਦਾ 5 ਤੇ ਬਣ ਜੇ ਬੱਚੇ ਬਣਾਏ, ਫਿਰ ਤੂੰ ਆਰਾਮ ਤੋਂ ਕੋਈ ਨਹੀਂ ਜਪਿਆ। ਉਹ ਇੱਕ ਠਾਣੇਦਾਰ ਨਹੀਂ ਬੈਠੀ ਸੀ ਕੋਲੇ ਮੇਰੇ, ਉਹ ਆਦੀ ਬਾਬਾ ਕਿਉਂ ਮੱਥਾ ਮਾਰਦਾ ਇਨ ਕੇ ਪੱਲੇ, ਕੀ ਹੈ ਕੱਖੀ ਕੋਈ ਨਹੀਂ ਬਣਜੋ, ਖਾਲੀ ਫਿਰੇ ਤੂੰ। ਜੇ ਲੋਕਾਂ ਨੂੰ ਹਦਾਇਤ ਦਿੰਦੇ ਨਾ, ਆਪ ਕੋਈ ਕਰਮ ਛੱਡਦੇ ਹੀ ਨਹੀਂ, ਆਪ ਸਾਰੇ ਕਰਮ ਕਰਦੇ ਨਾ। ਪਹਿਲੇ ਜਲਸੇ ਵਾਲੇ ਆਉਂਦੇ ਆਪਣੇ ਸੰਨ 48 ਦੀ ਤੋਂ ਬਾਅਦ ਦੀ ਗੱਲ ਹੈ, ਤੋਬੋ ਕਹਿੰਦੇ ਕਿ ਬਈ ਜੱਤ ਟੁੱਟ ਗਿਆ ਦੁਨੀਆ ਸਾਰੀ ਦਾ, ਮੁੰਡੇ ਕਾਜੀਆਂ ਦੇ ਦਾਰੂ ਪੀਣ ਗਿੱਜ ਗਏ ਜੀ, ਘਰ ਪੰਡਤਾਂ ਦੇ ਮੁਰਗੇ ਰਿੱਝ ਗਏ ਜੀ। ਆਪ ਦੇਖ ਲਓ ਤੁਹਾਡੇ ਸਾਹਮਣੇ ਰਿੱਝਦੇ ਪਏ ਨਾ, ਪੰਡਤਾਂ ਦੇ ਘਰ ਮੁਰਗੇ ਰਿੱਝਦੇ ਨੇ, ਕਾਜੀਆਂ ਦੇ ਮੁੰਡੇ ਦਾਰੂ ਪੀਣ ਲੱਗ ਗਏ, ਨਹੀਂ ਤਾਂ ਸ਼ਰਾਬ ਦਾ ਮੁਸਲਮਾਨ ਇੰਨਾ ਗੁਨਾਹ ਸਮਝਦੇ ਸੀ ਬੰਦੇ ਨੂੰ ਜ਼ਿਆਦਾ ਮਾਰਿਆ। ਅਗਰ ਤੁਸੀਂ ਸ਼ਰਾਬ ਦਾ ਨਾਮ ਲੈਂਦੇ ਤਾਂ ਮੁਸਲਮਾਨ ਐਂ ਸਮਝੇ ਵੀ ਬੰਦਾ ਮਾਰਤਾ, ਇਹਨਾਂ ਗੁਨਾਹ ਸਮਝੇ। ਅਬ ਜਿੱਤ ਟੁੱਟ ਗਿਆ, ਸਾਰਾ ਸੌਦਾ ਖਤਮ ਹੋ ਗਿਆ, ਧਰਮ ਕਰਮ ਰਿਹਾ ਹੀ ਕੋਈ ਨਹੀਂ। ਹਾਂ ਹੈ, ਹਾਂ ਬੋਲ ਲੈ, ਨਹੀਂ ਇਹ ਤਾਂ ਤੂੰ ਬਤਾ ਜਿਵੇਂ ਕਹੇਗਾ, ਹਮ ਤਾਂ ਨੌਕਰ ਹੈ, ਹਮੇ ਤਾਂ ਕਿਆ ਹੈ, ਹਮੇ ਤਾਂ ਹੁਕਮ ਦੇ ਦੇਗਾ ਤਾਂ ਉਹ ਕੰਮ ਕਰ ਲੈਂਗੇ, ਨਹੀਂ ਤਾਂ ਟਾਲ ਸਹੀ। ਅਬ ਜਾਣੇ ਲੱਗ ਗਏ ਨਾ ਲੋਕ, ਹੈਂ ਟਾਈਮ ਕਿਆ ਹੋ ਗਿਆ, ਬਸ ਠੀਕ ਹੈ ਫਿਰ ਹੋਰ ਕੀ। ਬੁੜੀਆ ਦਾ ਜੀਵਨ ਸਫਲ ਹੋ ਗਿਆ, ਸਮਝ ਗਏ, ਆਪਣੇ ਘਰ ਗਈ, ਆਪਣੇ ਸਤਿਗੁਰੂ ਕੋਲ ਗਈ ਔਰ ਖੁਸ਼ੀ ਨਾਲ ਗਈ ਹੈ, ਕੋਈ ਹੈ ਨਹੀਂ ਕਰੀ, ਕੋਈ ਐਂ ਖਿਆਲ ਨਹੀਂ ਕਰਿਆ ਉਹ ਰਹਿ ਗਿਆ ਵੋ ਰਹਿ ਗਿਆ, ਹੈ ਔਰ ਫਿਰ ਉਸਕੇ ਨਾਮ ਪੇ ਗੁਰੂ ਚਰਚਾ ਹੋ ਗਈ, ਇਸੇ ਬੜਾ ਹੋਰ ਕਿਆ ਹੋ ਸਕਦਾ ਬਤਾਓ। ਭਗ ਵਾਲੇ ਭਾਗਸ਼ਾਲਿਆ ਜੀਵ ਸੀ ਤੋ ਹੀ ਬਾਤ ਬਣੀ, ਨਹੀਂ ਤਾਂ ਬਣਨਾ ਬਹੁਤ ਮੁਸ਼ਕਲ ਹੈ। ਤੋ ਐਸਾ ਕੋਈ ਕਰਮ ਕਰੇ ਆਪਣੇ ਮਾਲਕ ਦੇ ਘਰ ਸੱਚਾ ਸੁੱਚਾ ਹੋ ਕੇ ਜਾਵੇ
तो फिर लज्जत है, नहीं तो फिर वो बात नहीं बनती। कैसे भगत रहो? हाँ ले हाँ, बोल भैया पूरा कर। हाँ लेट भी असं माफी मांगते संगत को भैया घंटा लेट हो गए। पहले तो के नाम रंगले को मंगते हैं है? माफी दे दी भैया लेट हो गए क्यों तेरे डर है मैनू डाणिया में और किसी का डर को नहीं हाँ बोल भाई कर ले। ओ सदा राम नाम गुण गा जिंदड़ी, सदा राम नाम गुण गा जिंदड़ी, खुल जावी ना कमलड़े रा जिंदड़ी, खुल जावी ना कमलड़े रा जिंदड़ी, जिंदड़ी गा जिंदड़ी, सदा राम नाम गुण गा जिंदड़ी। एहे जन्म ना बार आप देख राम नाम में कितनी पावर है, किताबों में भी आपने पढ़े है, पैसे भी शायद सुने, मगर एक बात ग्रहण करने वाली है कि जिस आदमी ने एक लड़का है वो भी चौड़ा छोड़ गया तो समझ लो मामला साफ हो गया। लेकिन जो हम बोलते हैं कि संतों के सत्संग में क्या मिलता है, जब घर से संदेशा आया 11 बजे, बाबे दे कोई टाइम मकर नहीं सी, हूं कई बार सानू भी आने के जी तुम तो लगे ही रहोगे, ठीक है भाई जेड़ा घड़ी वाला लेवे तो उन्होंने ले जाकर, जब साढ़े मुर्शिद का टाइम मकर नहीं साढ़ा कहता मकर रहा, हूं तो शेर का बच्चा शेर न पूछ जाऊगा भी मैं शिकार किमें मारूंगा, ओदे दे बीच ही तो खुश होंदी है, जेड़ा ओदा बिंद होंदी है ओदे अंदर ही असर होंदा है, वो अपने आप ही शिकार मारना सीख जांदा है, ये तो आप जानते हो ना, उन को सिखाउण तां नहीं जांदा। तो अगर 4 घंटे 5 घंटे सत्संग चलता रहा, किसी की ताकत नहीं भी उठ के वो बिछाव करन बगजे, कोई छाया मान नहीं कुछ नहीं, कोई थल्ले दरी नहीं, थोड़े कोल कपड़ा है अपना बिछा लो, नहीं ठीक है बैठ जाओ, जब उसके 11 बजे सत्संग शुरू होया तो घर से संदेश आ गया कि तेरा लड़का माड़ूराम चौड़ा छोड़ गया, वो कहने लग गया भी उन्हें अपने मन दे विच धारणा करी कि भी लड़का चौड़ा छोड़ गया वापस तो आता नहीं, और अब चला जाऊंगा तब भी वही बात है, और सुबह जाऊंगा तब भी वही बात है। अब 11 बजे सत्संग शुरू होया, 4 बजे समाप्त होया, 5 घंटे हो गए बैठा रहा, गया अब बरादरी इकट्ठी हो गई, अपन बागड़ी बरादरी तो पता ही है, बुढ़िया मर जे 80 साल दी तो अरे किसा आने सत्संग सूझे मारी बुढ़िया मर गई, अरे सत्संग तो कुछ बुढ़िया नु मिलूगा ही, कोई रोटी खा के जाऊगा कोई पानी पी के जाऊगा, और बिना सत्संग के दे दोगे थे
ਪੰਡਿਤ ਬਣ ਜਾਓ, ਬਛੜੀ ਦਾ ਭਾਦੀ ਬਣਾ ਦਿੰਦਾ, ਪਾ ਕੇ ਪਾਣੀ ਅੱਗੇ ਪੂੰਛ ਖਿੱਚੋ, ਇਹਦੀ ਟਪਾਓ। ਬਹੁ ਵਿਚਾਰੀ ਆਪਣੀ ਜਾਨ ਬਚਾਉਂਦੀ ਹੈ ਵੀ ਕੀ ਹੋ ਗਿਆ ਤੇਰੇ ਗਿੱਲੇ, ਬਤਾ। ਬਛੜੀ ਦੀ ਪੂੰਛ ਖਿੱਚੇ ਤੋਂ ਜੀਵ ਤਰਦੇ ਨੇ, ਜੀਵ ਤੋਂ ਰਾਮ ਜਪੇ ਤੇ ਤਰੇਂਗੇ। ਤੋ ਬਹੁ ਬੋਲਿਆ, ਭਾਈ ਬਰਾਦਰੀ ਵਾਲੇ ਗਲ ਪੈ ਗਏ। ਬਹੁ ਬੋਲਿਆ, ਯਾਰ ਰੌਲਾ ਕਿਉਂ ਕਰਤੇ ਹੋ, ਚਾਹ ਬਣਾ ਲਓ। ਬੋਲੇ, ਇਹਦਾ ਦਿਮਾਗ ਖਰਾਬ ਹੋ ਗਿਆ, ਇਹ ਘਰ ਮੇ ਲੜਕਾ ਮਰਿਆ ਬੜੇ ਚਾਹ ਮੰਗਤਾ। ਬਹੁ ਉੱਠ ਕੇ ਲੜਕੇ ਦੇ ਮੂੰਹ ਤੇ ਕੱਪੜਾ ਉਤਾਰ ਕੇ ਬੋਲਿਆ, ਬਾਬਾ ਸਵੇਰੇ ਮੈਨੂੰ ਦੁਨੀਆਂ ਤਾਨਾ ਮਾਰੇਗੀ, ਬਈ ਤੂੰ ਸਤਸੰਗ ਸੁਣ ਗਿਆ, ਤੇਰਾ ਲੜਕਾ ਗੁਜ਼ਰ ਗਿਆ। ਲੜਕੇ ਨੇ ਆਂਖ ਖੋਲੀ, ਪਕੜੀ ਬਾਂਹ ਡੇਰੇ ਲੈ ਆਇਆ। ਬੋਲਿਆ, ਜੀ ਮੇਰੇ ਪੇ ਕਿਰਪਾ ਕਰੀ ਸ਼ਹਿਨਸ਼ਾਹ ਨੇ ਫਰਮਾਇਆ, ਮਾੜੂ ਰਾਮ ਜੇ ਤੇਰੇ ਪ੍ਰੇਮ ਸੇ ਜਿੰਦਾ ਹੋਇਆ, ਹਮਨੇ ਜਿੰਦਾ ਨਹੀਂ ਕੀਆ, ਬਿਲਕੁਲ ਪ੍ਰੇਮ ਨਾਲ ਹੋਇਆ ਸੀ, ਪੱਕੀ ਸ਼ਰਤ ਹੈ। ਅਗਰ ਮਾੜੂ ਰਾਮ ਘਰੇ ਚਲਿਆ ਜਾਂਦਾ ਤਾਂ ਲੜਕਾ ਜਿੰਦਾ ਕਦੇ ਹੋ ਤਾਂ ਦੁਨੀਆਂ ਤੱਕ ਨਹੀਂ ਹੋ ਸਕਦਾ ਸੀ, ਵਿਸ਼ਵਾਸ ਰੱਖਿਆ ਨਾ। ਤਾਂ ਸੰਤਾਂ ਦੇ ਪੁੱਤਰ ਜਿਤਨਾ ਲਾਭ ਤੈਨੂੰ, ਕਬੀਰ ਸਾਹਿਬ ਨੇ ਕਿਹਾ, ਆਧੀ ਸੇ ਆਧੀ ਗੜੀ ਔਰ ਆਧੀ ਸੇ ਫੁਨਿਆਦ, ਸੰਤਾਂ ਸੇ ਤੀ ਗੋਸ਼ਟੀ ਜੋ ਕੀਨੇ ਸੋ ਲਾਭ। ਸਾਢੇ ਸੱਤ ਮਿੰਟ ਬਣਦੇ, ਮੈਂ ਤਾਂ ਪੜ੍ਹਿਆ ਕੋਈ ਨੀ, ਓਮ ਪ੍ਰਕਾਸ਼ ਦੱਸੇ ਕਿ ਪੜ੍ਹਿਆ ਹੋਊਗਾ ਉਹ, ਹੈਂ ਰਾਜਕੁਮਾਰ ਕੀ ਨਾਂ ਹੈ, ਸਾਢੇ ਸੱਤ ਮਿੰਟ ਹੀ ਬਣੇਗੇ ਨਾ। ਉਹ ਕਬੀਰ ਸਾਹਿਬ ਕਹਿੰਦੇ, ਸਾਢੇ ਸੱਤ ਮਿੰਟ ਵੀ ਤੂੰ ਅਗਰ ਸੋਭਤ ਕਰ ਲਏਗਾ ਤਾਂ ਤੈਨੂੰ ਲਾਭ ਹੀ ਲਾਭ ਹੈ, ਟੋਟਾ ਹੈ ਹੀ ਕੋਈ ਨਹੀਂ। ਬੋਲੋ, ਇਸ ਤੇ ਸਸਤਾ ਸੌਦਾ ਹੈ ਕੋਈ, ਹੈ ਦੁਨੀਆਂ ਮੈਂ ਬਤਾਓ ਕੋਈ ਸਸਤਾ ਸੌਦਾ ਹੈ ਤਾਂ। ਜਰ ਇਬ ਤੋਂ ਔਰਤਾਂ ਵੀ ਕੰਨ ਪਕੜ ਕੇ ਕੰਮ ਕਰਾਉਣ ਲੱਗ ਗਈਆਂ, ਰਾਮ ਤੋਂ ਨਹੀਂ ਕਰਾਉਂਦਾ ਹੈ। ਕਈ ਅਫਸਰ ਆਉਂਦੇ ਸਾਡੇ ਕੋਲ ਡੀ ਸੀ ਤੱਕ, ਕੋਈ ਐਸਾ ਮਹਿਕ ਮੈਨੇਜਰ ਨਹੀਂ ਆਉਂਦਾ। ਇੱਕ ਦਿਨ ਮੈਂ ਇੱਕ ਸਿੰਘ ਨੂੰ ਪੁੱਛ ਬੈਠਾ, ਮੈਂ ਕਿਹਾ ਇੱਕ ਸਿੰਘ ਤੂੰ ਲੇਟ ਕਿਉਂ ਆਇਆ? ਬੋਲਿਆ, ਜੀ ਸੰਤੋਖ ਨੂੰ ਚਾਹ ਪਿਆ ਕੇ ਆਇਆ ਵੀ ਰਾਜੀ ਖੁਸ਼ੀ ਰਹੇ, ਨਾਰਾਜ਼ ਨਾ ਹੋਵੇ। ਔਰ ਮੈਂ ਤਜਰਬਾ ਕਰ ਲਿਆ, ਸਵੇਰੇ ਉੱਠ ਕੇ ਨਾ, ਕਿੱਡੇ ਵੱਡਾ ਮੁਲਾਜ਼ਮ ਹੈ, ਬਹੁ ਉੱਠ ਕੇ ਪਹਿਲਾਂ ਆਪਦੀ ਬੀਬੀ ਨੂੰ ਚਾਹ ਪਿਆਊਗਾ, ਫਿਰ ਨੌਕਰ ਕੋਲੋਂ ਚਾਹ ਦੂਜਿਆਂ ਦੀ ਬਣਵਾਊਗਾ ਵੀ ਬੀਬੀ ਰਾਜੀ ਰਹੇ। ਕਿਉਂ ਬਈ, ਠੀਕ ਹੈ ਕਿ ਝੂਠ ਹੈ? ਤੇਰੇ ਹੈ ਬੀਬੀ? ਤੈਨੂੰ ਬਾਤ ਮੰਨਣੀ ਪੜਦੀ ਹੈ ਨਾ, ਸਾਰੀ ਮੰਨਦਾ ਹੈ ਜੀ, ਇਹ ਤਾਂ ਸੌ ਕੀ ਸੌ ਮੰਨਦਾ ਹੈ ਜੀ। ਹਾਂ ਮੰਨਦਾ, ਠੀਕ ਹੈ, ਚਲੋ ਮੰਨਣੇ ਵੀ ਫਾਇਦਾ ਹੈ, ਨਹੀਂ ਮੰਨਣੇ ਵੀ ਫਾਇਦਾ, ਕੋਈ ਬਾਤ ਨਹੀਂ, ਮੰਨਣੇ ਵੀ ਇਹ ਫਾਇਦਾ ਨਾ, ਗਰਮ ਬਗਾਵਤ ਨਹੀਂ ਹੁੰਦੀ, ਗਰਮੇ ਰੌਲਾ ਨਹੀਂ ਪੜਦਾ ਹੈ। ਕੀ ਕਰੇ ਫਿਰ, ਜ਼ਮਾਨੇ ਦੀ ਯੁੱਗ ਐਸਾ ਹੀ ਆ ਗਿਆ, ਕਿਆ ਕਰਿਆ ਜਾਏ? ਆਪਾਂ ਕਿਸੇ ਨੂੰ ਅਲਾਂਭਾ ਵੀ ਨਹੀਂ ਦੇ ਸਕਦੇ, ਕੋਈ ਟਾਈਮ ਦਾ ਸਮੇਂ ਦੀ ਬਾਤ ਐਸੀ ਬਣ ਗਈ। ਪਹਿਲੇ ਮੈਂ ਆਪਣੀ ਸੂਰਤ ਮੈਂ ਦੇਖਿਆ ਕਿ ਬਈ ਬਾਪ ਘਰ ਵਾਲੀ ਨੂੰ ਪੈਸੇ ਦੇ ਜਾਂਦਾ, 10 ਰੁਪਏ ਜਾਂ 5 ਰੁਪਏ, ਹਜ਼ਾਰਾਂ ਵਰਗੇ ਸੀ ਤੋ ਬਹੁਤ 2-2 ਰੁਪਏ, 1-1 ਰੁਪਿਆ ਬਚਾ ਕੇ ਜਮ੍ਹਾਂ ਕਰ ਲੈਂਦੀ। ਕਭੀ ਜ਼ਰੂਰਤ ਪੜਦੀ ਘਰ ਵਾਲੇ ਕੋ ਤੋ ਬਹੁਤ ਬੋਲਤਾ ਵੀ ਕੁਛ ਪੈਸੇ ਹੈ, ਉਦੋਂ 50-100 ਹੀ ਬੜਾ ਵੱਡਾ ਕੰਮ ਸੀ, ਤੋ ਬਹੁਤ ਬੋਲਤੀ ਹਾਂਜੀ ਇਤਨੇ ਪੈਸੇ ਪੜੇ, ਬਹੁਤ ਦੇ ਦਿੱਤੀ। ਅਬ ਬਤਾਓ ਆਜ ਔਰ ਉਸ ਦਿਨ ਦਾ ਕਿਤਨਾ ਫਾਇਦਾ ਹੈ? ਸੋਚੋ ਨਾ ਵੀ ਕਿੱਥੇ ਤੋਂ ਆਪਣੇ ਘਰ ਦੇ ਵਾਸਤੇ, ਆਪਣੇ ਘਰ ਵਾਲੇ ਦੀ ਇੱਜ਼ਤ ਰੱਖਣ ਵਾਸਤੇ ਪੈਸਾ ਪੈਸਾ ਜੋੜਦੀ ਹੈ? ਕਿੱਥੇ ਹੁਣ ਬਟੂਏ ਤਿਆਰ ਰਹਿੰਦੇ ਨੇ ਕਿ ਮੇਰੇ ਬਟੂਏ ਮੈਂ ਤਾਂ 100 ਰੁਪਿਆ ਹੋਰ ਦੇ, ਇਉਂ ਕੀ ਹੋਵੇਗਾ? ਇਹ ਨੋਟਬੰਦੀ ਜਬ ਹੋਈ ਸੀ ਜੀ, ਅਭੀ ਨੋਟਬੰਦੀ ਹੋਈ ਸੀ ਤੋ ਇਤਨਾ ਪੈਸਾ ਥਾ ਨਿਕਾਲਾ ਇਹਨਾਂ ਨੇ, ਪੁੱਛੋ ਮਤ। ਅਬ ਦੇਖ ਮੈਂ ਤੁਹਾਨੂੰ ਇੱਕ ਹੈਂਟ ਦਿੰਦਾ, ਬਈ ਬਾਤ ਬਚਨ ਤਾਂ ਬੜਾ ਲੰਬਾ ਹੈ। ਭਾਈ ਮੱਝ ਦੀ 20 ਰੁਪਿਆਂ ਚ ਲੜਕੀ ਵਿਕ ਗਈ, ਕੋਈ ਛੋਟੀ ਮੋਟੀ ਬਾਤ ਨਹੀਂ, ਦਿਲ ਹਲਾਉਣ ਵਾਲੀ ਬਾਤ ਹੈ। ਦਿਲ ਹਲਦਾ ਆਦਮੀ ਦਾ ਅਗਰ ਕੋਈ ਸਹੀ ਆਦਮੀ ਹੋਵੇ, ਮਿਹਨਤ ਰੱਖਦੀ, 20 ਰੁਪਿਆਂ ਚ ਲੜਕੀ ਵੇਚ ਦੇਣੀ ਔਰ ਗੁਰੂ ਨੂੰ ਜਾ ਕੇ ਦੇ ਦੇਣੇ। ਤੋ ਬਹੁ 2 ਭਰੀਆਂ ਲੱਕੜੀ ਲਿਆਦੇ ਔਰ ਲੰਗਰ ਚ ਰੋਟੀ ਖਾ ਲੈਂਦੇ। ਇੱਕ ਦਿਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਮੱਝ ਰੋਟੀ ਕਹਾਂ ਸੇ ਖਾਤਾ ਹੈ,
बोले जी लंगर में करता है। क्या करता है? बोले जी दो बारी लकड़ी लाता है। बोले जो वो तो इसकी होगी मजदूरी और उसको बचा क्या? बताओ जिसकी लड़की भी बिकी फिर भी उन्होंने फैसला दे दिया कि इसने कुछ बचा नहीं, हम तो कुछ भी नहीं करते, फिर भी वो कहते शुक्र है भैया तू आंदा तो रहे है। फिर वो चार बरियां लेने लग गया, आखिर वो कुएं में गिर गया। गुरु साहब नंगे पैरी दौड़े, अब गुरु बेखबर तो नहीं होंदा, उन्हें सारी खबर होंगी। नंगे पैरी दौड़े कहते रस्सा लियाओ, जेडे मेरे वर्गे रोट पालू बैठे से वह कहते अज गुरु नु की हो गया नंगे पैरी भजया जाता है। खूह ते जाके कह लगे भी इसन कह दो भी लकड़ी गेर दे तू आ जा। वो बोले ना पहले लकड़ा निकालो फिर मैनू निकालो। फिर गुरु साहब ने कहा भी इन कहो छड़े जे गुरु नु तेरी सारी जायदाद रुड़ गई, तेरा खानदान बर्बाद हो गया, तेरी लड़की पीर रुपया च बिकी और अजय तू इस गुरु नु पकड़ी बैठा। वो कहना है बात कहो ना मेरा दिल दुख पाउंदा है, चाहे खूह चो ना निकालो मगर मैं बात ना कहो तुसी ये मेरे मुर्शद दे वास्ते मेरी आत्मा दुखती है। फिर गुरु साहब ने कहा सिटो रस्सा, रस्सा सिटिया बाहर कड्या जफी पाली। बोले भाई मझ गुरु को प्यारा, गुरु मझ को प्यारा, तू मेरा बोथा पार लंगा मना। कहना जिन्हू नाम देवेगा सीधा सचखंड जाऊगा। अब जे प्रेमी किस बात का, अब तो प्रेमी गप्पी हो गए है। महाराज जी का तुसी संत मत प्रकाश पढ़ के वेख लो, बारह सत्संग महाराज जी दे महाराज सामने चाहते और कोई चीज नहीं लिखी, सिर्फ बारह सत्संग है। वो कहते भी कबीर साहब ने कहा ना अके संत मिलन को चालिए साथ न लीजिए कोई, आगे पाऊ दे पीछे होए सो होए। कहते पीछे चे तेरा परिवार उड़ जे तेरी जायदाद उड़ जे मगर आगे कदम रख अगर तू सत्संगी है। ऐतके से कईयां ने पूछा कि जी मेह पड़े, अरे यार मीह च भिजदे सी और तू मरते तो को नहीं सीगे। असी सवेरे 8 बजे मैं कहा बाबा हुण तू लाज रखे तो है नहीं, तभी साढ़े पल्ले तो कुछ है नहीं, हुणे बारिश हुंदी है संगत इत्थे आऊगी आऊगी किवें। सारे आले दुआले बारिश होई, बहुत बारिश थी लेकिन डेरे बारिश नहीं हुई। और जो 4 बजे संगत चली गई 5 बजे बारिश आ गई। अरे खुदा जे अपनी मानता है ये तो कमाल की बात है ना, अगर नहीं मानता तो आप जमा के देख लो, पर सच्चे दिल से ऐसे तो नहीं, सच्चे दिल से वो जरूर मानता है। इधर फरियाद करो उधर जोड़ी बड़ी देगी। आप फरियाद क्या कर दे, फरियाद आ कर दे जी क्या चीज लेनी है, सब्जी लेनी है, लून लेना है, मिर्च लेनी है, और क्या लेना है, फलानी चीज लेनी है, आ फरियाद है। राम के तो फरियाद है कोई नहीं, क्या है भाई है। वो कहते तू फरियाद कर मैं तेनू बैठे नू दे जूंगा यार, कोई किसी का कान पकड़ के ले आऊंगा आपे दे जूंगा। हां दे लड्डी प्रसाद मंडो। नारा ला के बन गए हाँ पूरा कर सच लड़ दिया गया। सदा राम नाम गुणगा दें
ਇੱਕ ਸੂਰਜ ਦੀ ਗਰਮੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਕਰ ਸਕਦੇ ਹਾਂ? ਤੁਸੀਂ 10 ਮਿੰਟ ਸੂਰਜ ਦੇ ਸਾਹਮਣੇ ਚੱਕੋਗੇ, ਤੁਹਾਡੀ ਨਿਗਾਹ ਕਮਜ਼ੋਰ ਹੋ ਜਾਊਗੀ। ਉਹ ਕਹਿੰਦੇ ਉੱਥੇ ਬੜੀ ਗਰਮੀ ਹੈ, ਬੜਾ ਭਿਆਨਕ ਸਮਾਂ ਹੈ, ਤੈਨੂੰ ਕੁਛ ਨਹੀਂ ਦਿਖਾਉਣਾ, ਅਨਜਲ ਵੀ ਤੈਨੂੰ ਕੋਈ ਚੀਜ਼ ਮਿਲਣੀ ਨਹੀਂ, ਬੜਾ ਘਬਰਾਉਣਾ, ਬੜੀ ਤਕਲੀਫ ਹੁੰਦੀ ਹੈ। ਤੂੰ ਮੰਨ ਤਾਂ ਸਹੀ ਮੇਰੀ ਬਾਤ, ਮੈਂ ਤੈਨੂੰ ਇਹਨਾਂ ਤੋਂ ਬਰੀ ਕਰਾਊਂਗਾ। ਕਿੱਡਾ ਵੱਡਾ ਆਸਾਨ ਹੈ ਸਤਿਗੁਰ ਦਾ, ਕਿੰਨੇ ਪਾਪਾਂ ਤੋਂ ਬਰੀ ਕਰਾਉਂਦਾ ਹੈ। ਔਰ ਇਹ ਇੰਨਾ ਲਾਪਰਵਾਹ ਹੈ ਕਿ ਵੀ ਸੁੱਤਿਆਂ ਰਾਤ ਗੁਜ਼ਰ ਜਾਂਦੀ ਹੈ, ਦਿਨ ਕਾਰੋਬਾਰ 'ਚ ਗੁਜ਼ਰ ਜਾਂਦਾ, ਕੋਈ ਰਹਿੰਦਾ ਖੂੰਦਾ ਜੇ ਮਾੜਾ ਮੋਟਾ ਪੱਲੇ ਹੈਗਾ ਤਾਂ ਉਹ ਵਿਸ਼ੇ ਵਕਾਰ ਆਪਣਾ ਕੰਮ ਕਰਾ ਜਾਂਦੇ ਨੇ, ਬਸ ਲੁੱਟ ਗਿਆ। ਬਾਕੀ ਰਿਹਾ ਕੀ, ਡਰ ਹੀ ਕੋਈ ਨਹੀਂ ਇਸ ਨੂੰ। ਜੇ ਮੌਤ ਦਾ ਡਰ ਹੋਵੇ ਤਾਂ ਇਹਦੀ ਬਾਤ ਬਣ ਜੇ। ਦੂਸਰੇ ਦੇ ਮਰਨੇ 'ਤੇ ਅਸੀਂ ਰੋਂਦੇ ਹਾਂ, ਸੰਸਕਾਰ ਤੇ ਜਾਂਦੇ ਹਾਂ, ਬਾਤਾਂ ਕਰਦੇ ਹਾਂ, ਚੰਗਾ ਸੀ ਜੀ, ਬੜਾ ਵਧੀਆ ਸੀ ਜੀ, ਔਰ ਕਰਦੇ ਕਰਦੇ ਵਾਪਸ ਆਉਂਦੇ ਸਾਡਾ ਮੀਟਰ ਘੁੰਮ ਜਾਂਦਾ, ਹੋਰ ਪਾਸੇ ਚੱਲ ਪੈਂਦੇ ਹਾਂ। ਲੇਕਿਨ ਕਦੇ ਬੈਠ ਕੇ ਸੋਚਿਆ ਕਿ ਪਿਆਰੇ ਤੇਰੇ ਪੇ ਵੀ ਇਹ ਦੁਸ਼ਮਣ ਆਏਗਾ, ਤੂੰ ਵੀ ਇੱਕ ਦਿਨ ਇਸ ਰਸਤੇ ਜਾਣਾ, ਕੋਈ ਜੁਗਤੀ ਕਰ, ਕੋਈ ਇਸ ਦੀ ਐਸੀ ਬਾਤ ਢੂੰਢ ਜਿਹੜਾ ਤੂੰ ਇਸ ਤੋਂ ਬਚ ਸਕੇ, ਇਸ ਤੋਂ ਬਰੀ ਹੋ ਸਕੇ। ਕੋਈ ਸੋਚਦਾ ਦੱਸੋ? ਇੰਨੀ ਆਪਣੇ ਦੁਨੀਆਂ ਸੰਸਾਰੀ ਜੀਵ ਬੈਠੇ ਆ, ਸਤਸੰਗੀ ਵੀ ਬੈਠੇ ਆ, ਪੜ੍ਹੇ ਲਿਖੇ ਵੀ ਬੈਠੇ ਆ, ਕੋਈ ਸੋਚਦਾ? ਆਏ ਭੁੱਲ ਗਏ, ਬੈਸ ਬਾਤ ਖਤਮ, ਆਪਣੇ ਵਾਲੀ ਬਾਤ ਤੋਂ ਭੁੱਲ ਹੀ ਜਾਂਦੇ ਨੇ ਕਿ ਮੈਂ ਵੀ ਇਸ ਦੁਨੀਆਂ ਤੋਂ ਜਾਣਾ ਇੱਕ ਦਿਨ, ਮਰਨਾ, ਯਾਦ ਹੀ ਕੋਈ ਨਹੀਂ ਕਿਸੇ। ਔਰ ਦੂਸਰੇ ਦੇ ਗੀਤ ਗਾਈ ਜਾਵਾਂਗੇ, ਪਹਿਲਾਂ ਉਹਦੀ ਉਸਤਤ ਕਰਦੇ ਜਾਵਾਂਗੇ, ਆਉਂਦੀ ਵਾਰ ਉਹਦੀ ਨਿੰਦਾ ਕਰਦੇ ਜਾਵਾਂਗੇ। ਬੋਲੋ, ਸ਼ਹਿਨਸ਼ਾਹ ਬੋਲੇ, ਫਰਮਾਇਆ ਬਈ ਪਹਿਲੇ ਚਲੋ ਅੱਜ ਆਲਾ ਜਿਹਦਾ ਧੰਦਾ ਸੀ ਨਹੀਂ ਸੀ, ਅੱਜ ਕਿਹਾ ਹੈ ਅੱਜ ਤੋਂ 90% ਜਵਾਨ ਜਾਤੇ ਹੈ, 10% ਬੁੱਢੇ ਜਾਤੇ ਹੈ। ਬੁੱਢੇ 10% ਮਰਤੇ ਹੈ, ਨੌਜਵਾਨ 90% ਮਰਤੇ ਹੈ। ਲੇਕਿਨ ਉਸ ਟਾਈਮ ਅਗਰ ਕੋਈ ਨੌਜਵਾਨ ਲੜਕਾ ਚੋਲਾ ਛੱਡ ਜਾਂਦਾ ਤਾਂ ਹਾਹਾਕਾਰ ਮੱਚ ਜਾਂਦੀ ਕਿ ਵੀ ਉਹ ਬੜਾ ਜ਼ੁਲਮ, ਬੜਾ ਕਹਿਰ ਹੋ ਗਿਆ। ਤੋ ਇੱਕ ਆਦਮੀ ਬੋਲਿਆ, ਮੈਂ ਖੁਦਾ ਕੋ ਮਾਨਤਾ ਨਹੀਂ। ਜੈਸੇ ਜਰਮਨ ਵਾਲੇ ਬੋਲੇ ਨਾ, ਅਸੀਂ ਖੁਦਾ ਨੂੰ ਮੰਨਦੇ ਨਹੀਂ, ਔਰ ਜਦ ਫਲੱਡ ਆਇਆ ਰੇਲ ਗੱਡੀਆਂ ਰੋੜ ਕੇ ਲੈ ਗਿਆ ਜਰਮਨ ਵਾਲਿਆਂ ਦੀਆਂ। ਮੰਨਣਾ ਪਿਆ ਵੀ ਖੁਦਾ ਕੋਈ ਚੀਜ਼ ਹੈ, ਕਾਰਾਂ ਜੀਪਾਂ ਤਾਂ ਆਪਣੇ ਵੀ ਰੁੜੀ ਜਾਂਦੀਆਂ ਨੇ, ਲੇਕਿਨ ਉਹਨਾਂ ਦੀ ਰੇਲ ਗੱਡੀ ਲੈ ਗਿਆ ਰੋੜ ਕੇ, ਜਿਹੜਾ ਕਿ ਲੋਹਾ ਸੂਈ ਨਹੀਂ ਤਰਦੀ। ਉਹਨਾਂ ਨੂੰ ਮੰਨਣਾ ਪਿਆ ਵੀ ਖੁਦਾ ਹੈਗਾ, ਅਰੇ ਖੁਦਾ ਦੇ ਹੱਥ ਬੜੇ ਲੰਬੇ ਹੈ। ਤੋ ਅਭੀ ਬੈਠ ਕੇ ਸੋਚੇ ਸਮਝੇ ਕਿ ਵੀ ਪਿਆਰੇ ਤੂੰ ਇਹ ਕੀ ਬਾਤ ਕਰਦੇ ਸੀ ਆਪਾਂ? ਹਾਂ, ਉਹ ਆਦਮੀ ਬੋਲਿਆ ਮੈਂ ਖੁਦਾ ਕੋ ਮਾਨਤਾ ਨਹੀਂ। ਤੋ ਸ਼ਹਿਨਸ਼ਾਹ ਨੇ ਬੋਲਿਆ ਜੀ ਇਹ ਆਦਮੀ ਜੋ ਹੈ ਖੁਦਾ ਕੋ ਮਾਨਤਾ ਨਹੀਂ। ਸ਼ਹਿਨਸ਼ਾਹ ਨੇ ਫਰਮਾਇਆ ਪੁੱਤਰ ਐਸੇ ਕਰਨਾ, ਜਿਸ ਦਿਨ ਕਿਸੇ ਨੌਜਵਾਨ ਦੀ ਮੌਤ ਹੋਵੇ ਇਸ ਕੋ ਸਾਥ ਲੈ ਜਾਣਾ। ਉਹਨੂੰ ਮੰਨਣਾ ਪਿਆ ਕਿ ਖੁਦਾ ਹੈਗਾ। ਫਿਰ ਇੱਕ ਲੜਕੀ ਸਤਸੰਗ ਤੇ ਆਉਂਦੀ ਸੀ, ਉਹਨੂੰ ਰਸਤੇ 'ਚ ਕਾਲਜ ਦੇ ਲੜਕੇ ਟੋਕਾ ਕਰਿਆ ਕਰਨ, ਅਬ ਉਹ ਗਾਲੀ ਦਿਆ ਕਰੇ, ਹੋਰ ਤੁਹਾਡੇ ਕੋਲ ਕੀ ਸੀ? ਤੋ ਉਹ ਬੋਲੀ ਜੀ ਜਬ ਮੈਂ ਸਤਸੰਗ ਪੇ ਆਤੀ ਹੂੰ ਤੋ ਮੇਰੇ ਕੋਲ ਲੜਕੇ ਟੋਕਾ ਮਲਣਾ ਕਰਦੇ ਹੈ, ਮਖੌਲ ਵਗੈਰਾ ਕਰਦੇ। ਸ਼ਹਿਨਸ਼ਾਹ ਨੇ ਫਰਮਾਇਆ ਪੁੱਤਰ ਕੱਲ੍ਹ ਕੋ ਆਏ ਤੂੰ ਬੋਲਣਾ ਨਹੀਂ। ਉਹ ਬੋਲਦੇ ਰਹੇ, ਉਹ ਆਪਣੀ ਨੀਵੀਂ ਪਾ ਕੇ ਚਲੀ ਆਈ। ਸਤਸੰਗ ਸੁਣ ਕੇ ਗਈ, ਪਤਾ ਲੱਗਾ ਵੀ ਉਹ ਲੜਕਾ ਪੇਟ ਦਰਦ ਹੋ ਕੇ ਮਰ ਗਿਆ। ਦੂਸਰੇ ਦਿਨ ਕਹਿਣ ਲੱਗੀ ਜੀ ਇਤਨੇ ਦਿਨ ਉਹ ਨਹੀਂ ਮਰਿਆ, ਰਾਤ ਕੈਸੇ ਮਰ ਗਿਆ? ਸ਼ਹਿਨਸ਼ਾਹ ਨੇ ਫਰਮਾਇਆ ਪੁੱਤਰ ਜੋ ਵੋ ਤੇਰੇ ਕੋ ਬੋਲਤੇ ਥੇ ਤੂੰ ਬਰਾਬਰ ਗਾਲੀ ਦਿੱਤੀ, ਉਨਕਾਰ ਤੇਰਾ ਪਰਣਾ ਬਰਾਬਰ ਹੋ ਜਾਤਾ ਥਾ, ਅਬ ਤੇਰੀ ਭਗਤੀ ਨੇ ਧੱਕ ਮਾਰੀ ਔਰ ਖਤਮ ਕਰ ਦਿਆ। ਬਹੁਤ ਦੌਲਤ ਮਿਲਦੀ ਹੈ ਸੰਤਾਂ ਕੋਲੋਂ। ਤਾਂ ਬਾਬਾ ਬੋਲਦੇ ਪੁੱਤਰ ਜੇ ਨਿੰਦਿਆ ਕਰੇ ਉਸਕੋ ਮਠਿਆਈ ਖਿਲਾਓ, ਮੁਕਾਬਲਾ ਨਾ ਕਰੋ, ਮਠਿਆਈ ਖਿਲਾਓ, ਕਿਉਂ ਕੁੱਤੇ ਨੂੰ ਗੁੜ ਪਾ ਦੀਏ ਰੋਟੀ ਪਾ ਦੇ ਭੌਂਕਣਾ ਹਟ ਜੂਗਾ, ਜੇ ਡਲਾ ਮਾਰਾਂਗੇ ਤਾਂ ਦੂਰੋਂ ਦੇਖ ਕੇ ਭੌਂਕੂਗਾ ਵੀ ਇਹਨੇ ਮੇਰੇ ਡਲਾ ਮਾਰਿਆ। ਨਿੰਦਕ ਨੂੰ ਕੀ ਪੂਰੇ ਆਵਾਂਗੇ? ਲੁਧਿਆਣੇ ਇੱਕ ਜੰਗ ਸੰਗੀ ਸੀ, ਉਹਨੇ ਮੈਨੂੰ ਕਿਹਾ ਜੀ ਕੋਈ ਜੁਗਤੀ ਦੱਸੋ ਰਾਮ ਨੂੰ ਮਿਲਣ ਦੀ।
ਅਸੀਂ ਉਹਨੂੰ ਐਡੀ ਵੱਡੀ ਚਿੱਠੀ ਲਿਖਤੀ, ਬੜੇ ਬੜੇ ਪ੍ਰਮਾਣ ਦਿੱਤੇ। ਅਖੀਰ 'ਤੇ ਅਸੀਂ ਲਿਖਿਆ ਵੀ ਇੱਕ ਇੱਕ ਸੀੜੀ ਕਰਕੇ ਆਪਾਂ ਛੱਤ 'ਤੇ ਜਾ ਸਕਦੇ ਹਾਂ। ਪਤਾ ਉਹਨੇ ਜਵਾਬ ਕੀ ਦਿੱਤਾ? ਆਦਾ ਬਾਬਾ ਸੀੜੀ ਸੂੜੀ ਦੀ ਲੋੜ ਕੋਈ ਨਹੀਂ, ਅੱਜ ਕੱਲ੍ਹ ਬਟਨ ਦਬਾਓ ਤੇ ਛੱਤ 'ਤੇ ਲਿਫਟ, ਵੀ ਲਿਫਟ ਦਾ ਬਟਨ ਦਬਾਓ ਤੇ ਛੱਤ 'ਤੇ, ਕਹਿੰਦੇ ਸੀੜੀਆਂ ਜਾਣ ਦੀ ਲੋੜ ਹੀ ਕੋਈ। ਅੱਛਾ ਠੀਕ ਹੈ ਬਈ ਸੱਜਣ, ਤੇਰਾ ਸਵਾਲ ਸਹੀ ਹੈ, ਹਾਂ ਕਰ ਪੂਰਾ। ਸੋਨਚੀ ਵੱਜਦਾ, ਸੋਨਚੀ ਸੋਨੇ ਦੀ ਚਿਲਮ ਬਣਾਈ ਸੀ ਉਸਨੇ, ਸੋਨੇ ਦੀ ਚਿਲਮ ਚ ਤਮਾਖੂ ਪੀਂਦਾ ਵਾ, ਤੁਹਾਨੂੰ ਲੋਕ ਸੋਨਚੀ ਕਹਿਣ ਲੱਗ ਗਏ। ਜਦ ਉਹ ਚੋਲਾ ਛੱਡ ਗਿਆ ਤਾਂ ਸ਼ਹਿਨਸ਼ਾਹ ਬੋਲੇ ਤੇ ਸੁਕੜੀ ਹੱਡੀਆਂ ਕੜਕੜ ਕਰਤੀ ਹੈ ਕਬਰ ਮੇ, ਪੁੱਛੋ ਕਹਾਂ ਗਈ ਤੇਰੀ ਸੋਨੇ ਕੀ ਚਿਲਮ। ਇਹ ਐਵੇਂ ਮਿੱਟੀ ਤੇ ਆਸ਼ਕ ਹੋਇਆ ਬੈਠਾ, ਆ ਮਿੱਟੀ ਹੈ ਸਾਰਾ ਸੌਦਾ। ਸੰਤਾਂ ਨੇ ਫੈਸਲਾ ਦਿੱਤਾ, ਪੁੱਤਰ ਘਰ ਮੇ ਬੈਠ ਕੇ ਤੁਸੀਂ ਸਿਮਨ ਕਿਵੇਂ ਕਿੰਨਾ ਸੌਖਾ ਕਰ ਸਕਦੇ ਹੋ, ਪਰਾਇਆ ਮਾਲ ਖਾਓਗੇ ਤਾਂ 6 ਘੰਟੇ ਸਿਮਨ ਕਰੋ, ਫਿਰ ਉਹ ਕਰਜ਼ਾ ਅਦਾ ਹੋਗਾ। ਆਪਣੇ ਗਾਮ ਮੇ ਬੇਪਰਵਾਹ ਨੇ ਸਤਸੰਗ ਕਰਿਆ ਤਾਂ ਸਾਡੇ ਦਾਦੇ ਦੀ ਨਿਗਾਹ ਚਲੀ ਗਈ, ਕੋਈ ਦਵਾਈ ਰੈਕਸ਼ਨ ਕਰ ਗਈ। ਇੱਕ ਪੰਡਿਤ ਕੋ ਨੂੰ ਪੇਸ਼ ਕਰਤੇ ਜਾ ਕੇ, ਬੇਪਰਵਾਹ ਨੇ ਫਰਮਾਇਆ ਵੀ ਹਮ ਤਾਂ ਅੰਧੇ ਕੋ ਨਾਮ ਦਿੱਤੇ ਨਹੀਂ। ਬੋਲੇ ਜੀ ਤਾਂ ਗੁਰਦਿਆਲ ਦਾ ਦਾਦਾ ਹੈ, ਤੋ ਕਿ ਵੀ ਕਿਆ ਜਪਤਾ ਹੈ? ਬੋਲੇ ਜੀ ਬਾਣੀ ਪੜ੍ਹਦਾ। ਬੋਲੇ ਬੈਗਰੂ ਬੈਗਰੂ ਕਰ, ਤੇਰੇ ਕੋਲ ਐਸੇ ਲੈ ਜਾਏਗੇ, ਆ ਮੋਰਚਾਪ ਲੱਗ ਗਈ। ਤੋ ਇੱਕ ਬਣੀਆ ਸੀ, ਪ੍ਰੇਮੀ ਸੀ ਨਾਲੇ, ਉਹ ਬੋਲਿਆ ਜੀ ਇਹ ਮਾਰੇ ਗਾਮ ਕਾ ਪੰਡਿਤ ਹੈ, ਇਸ ਨੇ ਨਾਮ ਦੇ ਦਿਓ। ਸ਼ਹਿਨਸ਼ਾਹ ਨੇ ਫਰਮਾਇਆ ਸੇਠ ਇਸਕਾ ਕਰਜ਼ਾ ਡੇਰ ਹੈ, ਇਸਕੋ ਨਹੀਂ ਦੇਤੇ। ਬੋਲਿਆ ਜੀ ਇਤਨੇ ਗਾਮ ਕਾ ਪੰਡਿਤ, ਬੜੇ ਇੱਕ ਪੰਡਿਤ ਇੱਕੋ ਹੀ ਸੀ ਗਾਮ ਪਿੰਡ ਚ, ਉਹ ਵੀ ਬਾਹਰੋਂ ਲੈ ਗਏ ਸੀ ਗੁੜਿਆ ਤੋਂ, ਤੋ ਇਸਕਾ ਕਰਜ਼ਾ ਬਾਬਾ ਲੈਦਾ ਪਿੰਡ ਚੋਂ ਊਂਟ ਬਣੇਗਾ, ਉਹਦੀ ਸ਼ਕਲ ਹੀ ਊਂਟ ਵਰਗੀ ਹੋ ਗਈ। ਅਰੇ ਕਰਜ਼ਾ ਚੁੱਕ ਚੁੱਕ ਕੇ ਅਸੀਂ ਪਾਪਾਂ ਦੇ ਅਧਿਕਾਰੀ ਬਣ ਗਏ, ਲੋਕਾਂ ਦਾ ਮਾਲ ਖਾ ਖਾ ਕੇ ਕਿਸੇ ਬਾਤ ਬਣੇਗੀ? ਆਪਣੇ ਡੇਰੇ ਚ ਬਾਈ ਸੀ ਸਾਡਾ ਪਿੰਡੇ ਦਾ, ਉਹਨੇ ਕੁੱਤਾ ਰੱਖਿਆ ਸੀ, ਉਹ ਡੇਰੇ ਚ ਆਉਣ ਲੱਗ ਗਿਆ। ਅੱਛਾ ਜੀ ਉਹ ਜੇ ਤਾਂ ਡੇਰੇ ਚ ਦੁੱਧ ਡੰਗਰ ਹੋਵੇ ਤਾਂ ਉਹ ਕਾਂਤਾ ਕੋਲੋਂ ਦੁੱਧ ਮੰਗਿਆ ਕਰੇ ਵੀ ਮੈਨੂੰ ਦੁੱਧ ਦੇ, ਜੇ ਅਸੀਂ ਡੰਗਰ ਵੇਚ ਦੀਏ ਦੁੱਧ ਮੰਗਣ ਵੜ ਜੇ, ਫਿਰ ਉਹ ਦੁੱਧ ਨਾ ਮੰਗੇ। ਤੋ ਠਹਿਰ ਜਾਓ 2 ਮਿੰਟ, ਤੋ ਕੀ ਹੋਇਆ ਬਈ ਉਹ ਕੋਈ ਪ੍ਰੇਮੀ ਚੂਰੀ ਲੈ ਕੇ ਆ ਗਿਆ ਚੂਰਮਾ। ਅਸੀਂ ਕਿਹਾ ਬਈ ਕਾਂਤਾ ਤੂੰ ਲਾਡੀ ਕਿਸੇ ਨੂੰ ਹੋਰ ਤਾਂ ਦੇਈ ਨਾ, ਕੁੱਤੇ ਨੂੰ ਪਾ ਦੇਈ। ਉਹਨੇ ਟਿਫਨ ਚੋਂ ਕੱਢ ਕੇ ਔਰ ਲਿਫਾਫੇ 'ਚ ਪਾ ਕੇ ਕੁੱਤੇ ਦੇ ਮੂੰਹ 'ਚ ਦੇਤਾ, ਉਹ ਮੂੰਹ 'ਚ ਰੋਟੀ ਪਕੜਾ ਦੇ ਤਾਂ ਖਾ ਲੈਂਦਾ, ਨਹੀਂ ਤਾਂ ਨਹੀਂ ਸੀ ਖਾਂਦਾ। ਬਾਈ ਨੇ ਉਹਨੂੰ ਇੱਕ ਦਿਨ ਲੜਕਰਤਾ, 2 ਸਾਲ ਉਹਦੇ ਘਰ ਦੀ ਰੋਟੀ ਨਹੀਂ ਖਾਧੀ, ਘਰੇ ਨਹੀਂ ਗਿਆ, ਉਹਦੇ ਜਾਂਦਾ ਤਾਂ ਪਿੱਠ ਕਰਕੇ ਪੈ ਜਾਂਦਾ, ਰੋਟੀ ਨਹੀਂ ਉਹਦੇ ਘਰ ਦੀ ਖਾਧੀ, ਡੇਰੇ 'ਚ ਖਾਂਦਾ ਆ ਕੇ। ਬਾਹਰ ਲਿਜਾ ਕੇ ਜਿੱਥੇ ਆਪਣੇ ਗੇਟ ਬਣੇ ਨਾ, ਆਪਾਂ ਅੰਦਰ ਵੜਦੇ ਹਾਂ ਹਾਲ ਕਮਰੇ ਦੇ ਨਾਲ, ਅੰਦਰ ਨਹੀਂ ਵੜਦੇ ਵੜੇ, ਉਸੇ ਗੇਟ ਕੋਲੇ ਲਿਜਾ ਕੇ ਲਿਫਾਫਾ ਸਾਰੀ ਚੂਰੀ ਖੰਡਿਆਤੀ, ਉਸਨੇ ਮੂੰਹ ਨਹੀਂ ਲਾਇਆ ਕੁੱਤੇ ਨੇ। ਅਬਰੇ ਆਪ ਫੈਸਲਾ ਕਰੋ, ਇਨਸਾਨ 'ਚ ਚੰਗਾ ਹੋ ਗਿਆ ਕਿ ਨਹੀਂ ਹੋ ਗਿਆ? ਕਹਿਣ ਨੂੰ ਤਾਂ ਆਪਾਂ ਨੂੰ ਕਹਿੰਦੇ ਕੁੱਤਾ ਹੈ, ਮਗਰ ਤੁਸੀਂ ਦੇਖੋ ਵੀ ਉਹਦੇ ਅੰਦਰ ਵੀ ਉਹ ਰਾਮ ਕੰਮ ਕਰਦਾ ਹੈ ਜਿਹਨੇ ਮਾੜੇ ਆਦਮੀ ਦੀ ਚੂਰਮਾ ਕੋ ਨਹੀਂ ਖਾਧਾ।
ਤੇ ਕੱਪੜੇ ਕੁੱਪੜੇ ਖਾ ਜਾਂਦਾ, ਜਿੱਥੇ ਮਿਲੇ ਕੱਪੜੇ ਕੁੱਪੜੇ ਖਾ ਜਾਂਦਾ, ਪਰਵਾਹੀ ਕੋਈ ਨਹੀਂ ਕਰਦਾ, ਆਣੇ ਦਿਓ। ਉਹ ਸੂਬਾ ਦਾ ਬੈਜੋ ਖੱਤਰੀ ਨਾਲੇ ਰੋਟੀ ਖਾ ਦੇ, ਨਾਲੇ ਜਾਂਦੇ ਕਹਿੰਦੇ ਭਾਈ ਮਿਰਚਾਂ ਵਾਲੀਆਂ ਸੀ। ਇਹ ਜਮਾ ਹੀ ਬੇਸ਼ੁਕਰਾ ਹੋ ਗਿਆ, ਅਸਲ ਬੇਸ਼ੁਕਰਾ ਬਣੇ ਕੀ ਪਤਾ। ਹਾਂ ਪੂਰਾ ਕਰ ਲੈਣਾ ਇੱਥੇ ਬੈਠ ਸਦਾ ਨਹੀਂ ਹੋ ਰਹੇ। ਉੱਠਦੇ ਪਹਿਨਦੇ ਸੌਂਦੇ ਜਾਗਦੇ ਜਮਾਨ ਤੋਂ ਆਪਾਂ ਕੁਛ ਨਹੀਂ ਲੈਣਾ, ਸਿਮਨ ਕਰੀ ਜਾਓ। ਬੁੱਲੇ ਸ਼ਾਹ ਨੇ ਕਹਿਣਾ ਚਿੱਤ ਯਾਰ ਵੱਲ ਹੱਥ ਕਾਰ ਵੱਲ, ਬੋਲੇ ਦੰਦਾ ਕਰ ਆਪਣੇ ਹੱਥੋਂ ਪਾਉਣ ਸੇ ਦੰਦਾ ਕਰ, ਜੀਭਾ ਸੇ ਨਾਮ ਜਪ। ਬੋਲੇ ਫਿਰ ਤੇਰੇ ਕੋਲ ਕਾਲ ਮਾਂ ਕਾਲ ਪੈਣ ਚੋਂ ਰੋਕ ਨਹੀਂ ਸਕਦਾ, ਸਿੱਧਾ ਦਰਡਾਂਦਾ ਆਪਣੇ ਸਤਿਗੁਰੂ ਕੋਲ ਜਾਵੇ। ਕਿੰਨਾ ਸਸਤਾ ਸ਼ਬਦ ਹੈ, ਕੋਈ ਧੂਫ ਨਹੀਂ ਜਗਾਣੀ, ਕੋਈ ਬੱਤੀ ਨਹੀਂ ਕਰਨੀ, ਕੁਛ ਨਹੀਂ ਕਰਨਾ, ਹਨੇਰੇ ਮੇ ਇਕਾਂਤ ਮੇ ਬੈਠ ਕੇ ਨਹੀਂ ਤੋ ਬੱਤੀ ਧੂਫ ਜਗਾਓ, ਫਲਾਣਾ ਕਰੋ, 100 ਟੈਂਡਰ ਕਰੋ। ਉਹ ਕਹਿੰਦੇ ਕੁਛ ਵੀ ਨਾ ਕਰ, ਬੋਰੀ ਵਿਛਾ ਆਪਣੀ ਬੈਠ ਜਾ। ਆ ਬਾਕੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦਾ, ਅਗਰ ਕੋਈ ਸਤਿਗੁਰ ਦਾ ਪਿਆਰਾ ਮੰਨੇ ਤਾਂ, ਨਾ ਮੰਨੇ ਤਾਂ ਉਹਦੀ ਮੌਜ ਹੈ। ਤੁਸੀਂ ਜਿਸ ਬੋਰੀ ਤੇ ਪੱਲੀ ਤੇ ਕਿਸੇ ਕੱਪੜੇ ਤੇ ਦਰੀ ਤੇ ਸਿਮਰਨ ਕਰੋ, ਘੰਟਾ ਕਰੋ, ਦੋ ਕਰੋ, ਅੱਧਾ ਕਰੋ, ਜਿਤਨਾ ਵੀ ਤੁਹਾਡੇ ਤੋਂ ਹੋ ਸਕੇ ਵੱਧ ਤੋਂ ਵੱਧ ਕਰੋ, ਉਹ ਕੱਪੜਾ ਸਮੇਟ ਕੇ ਇਕੱਠਾ ਕਰਕੇ ਰੱਖ ਦਿਓ। ਨਾ ਦੂਸਰੇ ਨੂੰ ਉੱਥੇ ਬੈਠਣ ਦਿਓ, ਨਾ ਦੂਸਰੇ ਨੂੰ ਉਹਦਾ ਇਸਤੇਮਾਲ ਕਰਨ ਦਿਓ। ਆਪ ਹੀ ਤੁਸੀਂ ਇਸਤੇਮਾਲ ਕਰੋਗੇ, ਅੱਧੀ ਭਗਤੀ ਤਾਂ ਤੁਹਾਡੀ ਐਂ ਬਣ ਜੂਗੀ। ਇਹ ਤਾਂ ਸੌਖਾ ਹੀ ਸੌਦਾ ਹੈ, ਇਹ ਤਾਂ ਕੋਈ ਤਕਲੀਫ ਵਾਲਾ ਨਹੀਂ, ਉਹ ਤੁਸੀਂ ਤਜਰਬਾ ਕਰਕੇ ਵੇਖ ਲਿਓ, ਅੱਧੀ ਭਗਤੀ ਤੁਹਾਡੀ ਐਂ ਬਣ ਜੂਗੀ। ਹੁਣ ਆਪਣਾ ਹੀ ਪਰਿਵਾਰ ਹੈ, ਹੁਣ ਆਪਣੇ ਪਰਿਵਾਰ ਸਾਰੇ ਇੱਕੋ ਜਿਹੇ ਤਾਂ ਨਹੀਂ ਹੁੰਦੇ, ਸਾਰਿਆਂ ਦਾ ਖਿਆਲ ਇੱਕੋ ਜਿਹਾ ਨਹੀਂ, ਸਾਰਿਆਂ ਦੀ ਸਿਹਤ ਇੱਕੋ ਜਿਹੀ ਨਹੀਂ, ਬੁੱਧੀ ਇੱਕੋ ਜਿਹੀ ਨਹੀਂ, ਤਾਂ ਉਹ ਸਾਰੇ ਜਦੋਂ ਉਸ ਕੱਪੜੇ ਦੇ ਲਟਕਣੇ, ਆਪਣੇ 'ਤੇ ਵੀ ਉਹ ਅਸਰ ਪਹਿਲੇ ਹੋਊਗਾ। ਅਸੀਂ ਡੇਰੇ 'ਚ ਇੱਕ ਮੱਝ ਲਿਆਂਦੀ, ਮੂੰਹ ਨਾਲ ਖੁੱਲਦੀ ਸੀ, ਫਿਰ ਉਹਦੇ ਕੋਲ ਗਾਂ ਬੰਨਣ ਲੱਗ ਗਏ, ਉਹ ਵੀ ਖੁੱਲਣ ਲੱਗ ਗਈ। ਕਾਲੇ ਕੋਲੇ ਪੀਲਾ ਵੱਧਾ, ਰੰਗ ਨਾ ਪਟਾਓ ਤਾਂ ਮਤ ਲੈ ਲੂ ਹੈ ਸਾਨੂੰ ਤਾਂ। ਦੇਖੋ ਲੈ ਜੀ, ਉਹ ਬੈਸ ਵੇਚਤੀ ਅਸੀਂ, ਚਲੋ ਤੇਰੇ ਨਾਲ ਤਾਂ ਜੋ ਮਰਜ਼ੀ ਕਰੀਏ, ਤੇ ਬੈਸ ਵੇਚਤੀ, ਗਾਂ ਖੁੱਲਣ ਨੂੰ ਅਟ ਗਈ। ਜਦ ਇੱਕ ਜਾਨਵਰ ਜਾਨਵਰ ਦੀ ਮਤ ਲੈ ਸਕਦਾ, ਤੇ ਇਨਸਾਨ ਨੂੰ ਤਾਂ ਲੈਣ ਦਾ ਹੱਕ ਬਣਦਾ ਹੈ, ਅਧਿਕਾਰ ਹੈ ਇਸ ਨੂੰ, ਹੱਕ ਇਹਨੂੰ ਅਧਿਕਾਰ ਹੈ। ਕਿਸੇ ਸਤਸੰਗੀ ਕੋਲੇ ਬੈਠੋ, ਆਰਾਮ ਦੀ ਬਾਤ ਕਰੋ, ਅਗਰ ਆਪ 'ਚ ਕੋਈ ਹੈ ਉਹਨੂੰ ਪੁੱਛੋ। ਦੋ ਬੰਦਿਆਂ ਦੀ ਡਿਊਟੀ ਬੇਪਰਵਾਹ ਕਿਉਂ ਲਾਉਂਦੇ ਸੀ, ਵੀ ਇਕੱਲਾ ਤਾਂ ਸੌਂਜੂਗਾ। ਦੋ ਤੁਸੀਂ ਬੈਠੇ ਹੋਵੋਗੇ, ਤੁਸੀਂ ਆਖੋਗੇ ਭਾਈ ਅਨਿਲ ਤਾਂ ਜਾਗਦਾ ਬੈਠਾ, ਮੈਂ ਕਿਵੇਂ ਸੌਂਜਾ। ਹੋ ਗਿਆ ਨਾ ਫੈਸਲਾ, ਵੀ ਜੇ ਤੁਸੀਂ 10 ਮਿੰਟ ਬੈਠਣਾ ਤਾਂ 20 ਮਿੰਟ ਬੈਠ ਜਾਓਗੇ, ਇਕੱਲਾ 5-7 ਮਿੰਟ ਬੈਠਾ, ਚਲੋ ਜੀ ਹੁਣ ਦੇਖਦਾ। ਬਾਬੇ ਨੇ ਬੜੇ ਬੜੇ ਬਰੀਕ ਫੈਸਲੇ ਦਿੱਤੇ ਨੇ, ਜਿਹੜੀ ਸਾਡੀ ਤਕਲੀਫ ਵੀ ਨਹੀਂ ਆਉਂਦੀ ਔਰ ਦੂਰ ਵੀ ਹੋ ਜਾਂਦੀ ਹੈ। ਇੱਥੋਂ ਸਸਤਾ ਸੌਦਾ ਤਾਂ ਹੋਰ ਕੋਈ ਦੁਨੀਆ 'ਤੇ ਮੇਰਾ ਖਿਆਲ ਮਿਲਣਾ ਮੁਸ਼ਕਲ ਹੈ, ਇੱਥੋਂ ਸਸਤਾ ਸੌਦਾ ਨਹੀਂ ਮਿਲਦਾ। ਠੀਕ ਹੈ ਬਾਈ, ਫਿਰ ਹੁਣ ਟਾਈਮ ਗੁਜ਼ਾਰਨ। ਧੰਨ ਧੰਨ ਸਤਿਗੁਰੂ ਤੇਰਾ। ਹਾਂ ਸਤਸੰਗ ਬੋਲਦੇ 28 ਦਾ, ਐਸੇ ਮਹੀਨੇ ਦੀ 28 ਤਰੀਕ ਦਿਨ ਦਾ, 28 ਅਕਤੂਬਰ ਕੋ ਜੋ ਹੈ ਵਾਰ ਰਵੀਵਾਰ ਕੋ ਸੁਬਹ 9 ਵਜੇ ਸਤਸੰਗ ਹੈ ਡੇਰਾ ਗੁੱਕੇ ਵਾਲੇ ਮੇ, 9 ਵਜੇ ਸੁਬਹ ਰਵੀਵਾਰ ਕੋ 28 ਇਸੀ ਮਹੀਨੇ ਕੀ 28 ਤਾਰੀਖ ਕੋ। ਧੰਨ ਧੰਨ ਸਤਿਗੁਰੂ ਤੇਰਾ।